ਪ੍ਰੋਫੈਸਰ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਥਿੰਦ ਸਾਹਿਬ। ਮੇਰਾ ਖਿਆਲ ਤੁਸੀਂ ਵੀ ਇਹ ਕਹਿਣਾ, ਸ਼ਾਇਦ ਸੁਣਨ ਵਾਲੇ ਵੀ ਕਹਿਣ ਵੀ ਇਹ ਵਾਰ ਵਾਰ ਕਿਉਂ ਇਹੀ ਗੱਲ ਕਰੀ ਜਾਂਦੇ ਹਾਂ ਅਸੀਂ ਜਾ ਕੇ ਫੈਮਿਲੀ ਦੀ ਗੱਲ। ਮੇਰਾ ਖਿਆਲ ਆਪਾਂ ਬਹੁਤ ਕਰਦੇ ਹਾਂ ਇੱਥੇ ਔਰ ਬਹੁਤ ਵਾਰ ਕਰਦੇ ਹਾਂ। ਇਹ ਵਾਰ ਵਾਰ ਗੱਲ ਕਰਨ ਦੀ ਲੋੜ ਇਹੋ ਮਹਿਸੂਸ ਹੋ ਰਹੀ ਹੈ ਥਿੰਦ ਸਾਹਿਬ, ਪੁਜ਼ੀਸ਼ਨ ਇੱਦਾਂ ਦੀ ਮੈਨੂੰ ਲੱਗਦਾ ਬਣੀ ਹੋਈ ਹੈਗੀ ਜਿਹਦੇ ਵਿੱਚ ਇਹ ਜਿਹੜਾ ਜਿਹਨੂੰ ਆਪਾਂ ਇਹ ਕਹਿੰਦੇ ਹਾਂ ਵੀ ਸਿਵਲਾਈਜੇਸ਼ਨ ਦਾ ਸਮੋਲੈਸਟ ਯੂਨਿਟ ਹੈ ਜਿਹੜਾ ਉਹ ਫੈਮਿਲੀ ਹੈ ਔਰ ਸਭ ਨਾਲੋਂ ਮਹੱਤਵਪੂਰਨ ਯੂਨਿਟ ਹੈ ਜੀ, ਔਰ ਉਹ ਇਸ ਵੇਲੇ ਟੁੱਟ ਰਿਹਾ ਜਾ ਕੇ। ਇਹ ਇਕੱਲੀ ਮੇਰੀ ਆਬਜ਼ਰਵੇਸ਼ਨ ਹੀ ਨਹੀਂ ਹੈ, ਇਹ ਅਮੈਰੀਕਾ ਦੇ ਜਿਹੜੇ ਸਭ ਤੋਂ ਵੱਡੇ ਆਪਣੇ ਸਭ ਤੋਂ ਵੱਡੇ ਗਿਣੇ ਜਾਂਦੇ ਆ ਵੈਲਡੂਰੈਂਟ ਫਿਲੋਸਫਰ, ਉਹਨੇ ਵੀ ਇਹ ਕਿਹਾ ਸੀ, ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਇਹ ਜਿਹੜਾ ਯੂਨਿਟ ਆ ਜੇ ਇਹ ਟੁੱਟ ਗਿਆ ਫਿਰ ਕਹਿੰਦੇ ਮੈਨੂੰ ਡਰ ਆ ਵੀ ਪਤਾ ਨਹੀਂ ਸਿਵਲਾਈਜੇਸ਼ਨ ਦਾ ਕੀ ਹਾਲ ਹੋਊਗਾ, ਕਿਉਂਕਿ ਉਹ ਕਹਿੰਦੇ ਦੇਸ਼ ਇੱਕ ਦੇ ਦੋ ਬਣ ਜਾਣ, ਚਾਰ ਬਣ ਜਾਣ, ਸੂਬੇ ਹੋ ਜਾਣ, ਆਈ ਡੋਂਟ ਕੇਅਰ, ਮੈਨੂੰ ਨਹੀਂ ਉਸ ਗੱਲ ਦੀ ਹੈ ਜਾ ਕੇ ਵੀ ਆਹ ਦੇਸ਼ ਹੋ ਗਏ ਇਹਦੇ ਦੋ ਟੁਕੜੇ ਹੋ ਗਏ ਜਾਂ ਚਾਰ ਹੋ ਗਏ ਕਹਿੰਦੇ, ਪਰ ਜੇ ਇਹ ਟੁੱਟ ਗਿਆ ਕਹਿੰਦੇ ਜਿਹੜਾ ਹੈਗਾ ਤਾਂ ਫਿਰ ਮੈਨੂੰ ਡਰ ਲੱਗਦਾ ਵੀ ਪਤਾ ਨਹੀਂ ਸਿਵਲਾਈਜੇਸ਼ਨ ਦਾ ਕੀ ਹਾਲ ਹੋਣਾ। ਅੱਛਾ, ਹੁਣ ਹਾਲ ਇਹ ਹੋਇਆ ਜਾ ਕੇ ਵੀ ਫੈਮਿਲੀਆਂ ਦੀ ਪੁਜ਼ੀਸ਼ਨ, ਥਿੰਦ ਸਾਹਿਬ ਮੈਂ ਇਹ ਵਾਰ ਵਾਰ ਗੱਲ ਤਾਂ ਇਹ ਕਰਦਾ, ਮੈਨੂੰ ਕਈ ਵਾਰ ਇੱਦਾਂ ਲੱਗਦਾ ਵੀ ਇਹ ਇਹ ਜਿਹੜਾ ਫੈਮਿਲੀ ਦਾ ਕਲੇਸ਼ ਆ ਇਹ ਇੱਕ ਕੈਂਸਰ ਦੀ ਤਰ੍ਹਾਂ ਆ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਕੈਂਸਰ ਦੇ ਸੈੱਲ ਹਰ ਬੋਡੀ 'ਚ ਹੀ ਪਏ ਆ, ਪਤਾ ਨਹੀਂ ਉਹ ਕਿਹੜੇ ਵੇਲੇ ਜਿਹੜੇ ਹੈਗੇ ਬਾਹਰ ਆ ਕੇ ਉਹਨੇ ਆਪਣੀ ਤੁਹਾਡੇ ਸਰੀਰ ਦੀਆਂ ਤਬਾਹੀਆਂ ਮਚਾਉਣੀਆਂ। ਇਹ ਮੈਨੂੰ ਲੱਗਦਾ ਇਹ ਜਿਹੜੀ ਫੈਮਿਲੀ ਦੀਆਂ ਪ੍ਰੋਬਲਮਸ ਆ ਕਲੇਸ਼, ਇਹ ਵੀ ਹਰੇਕ ਫੈਮਿਲੀ 'ਚ ਹੀ ਪਏ ਆ, ਇਹ ਪਤਾ ਨਹੀਂ ਕਦੋਂ ਉੱਭਰ ਕੇ ਆ ਕੇ ਇਹਨੀ ਫੈਮਿਲੀ ਦਾ ਸਾਰਾ ਪੀਸ ਜਿਹੜਾ ਉਹ ਭੰਗ ਕਰ ਦੇਣ ਜਾ ਕੇ। ਔਰ ਉਹਦੇ ਵਿੱਚ ਜਿਹੜੇ ਆ ਮੁਬਾਰਕ ਆ ਉਹ ਫੈਮਿਲੀਆਂ ਜਿਹੜੀਆਂ ਬੜੀਆਂ ਵਧੀਆ ਜੀ ਰਹੀਆਂ ਜਾ ਕੇ, ਉਹਨਾਂ ਦਾ ਵੀ ਪਤਾ ਨਹੀਂ ਕਿਹੜੇ ਸਮੇਂ ਕਦੋਂ ਕੋਈ ਕਲੇਸ਼ ਹੋ ਜਾਣਾ ਜਾ ਕੇ ਇੱਦਾਂ ਦਾ ਕੁਛ ਜਿਹੜਾ ਇਹ ਹੋ ਰਿਹਾ। ਔਰ ਇਹ ਹੈ ਤਾਂ ਇਹ ਬਹੁਤ ਪੁਰਾਣਾ ਜੀ, ਇਹ ਪਰਸੋਂ ਮੇਰਾ ਖਿਆਲ ਵੀ ਆਪਾਂ ਕੋਈ ਸਵੀਪਿੰਗ ਸਟੇਟਮੈਂਟ ਨਹੀਂ ਦੇ ਸਕਦੇ, ਬੜੀਆਂ ਖੁਸ਼ਹਾਲ ਫੈਮਿਲੀਜ਼ ਵੀ ਨੇ ਔਰ ਬੜੇ ਵਰ੍ਹਿਆਂ ਤੋਂ ਆ, 50ਵੀਂ ਐਨੀਵਰਸਰੀ 52ਵੀਂ ਐਨੀਵਰਸਰੀ ਜਾਂ ਸਾਰਾ ਪਰਿਵਾਰ ਦਾ ਆਪਸ ਵਿੱਚ ਪਿਆਰ ਖਲੂਸ ਹੋਣਾ ਇਹ ਵੀ ਆ। ਮੈਂ ਬਹੁਤਾ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੁੰਦਾ, ਦਰਅਸਲ ਇੱਥੇ ਜੇ ਮੈਂ ਦੇਖਦਾ ਮੇਰੇ ਆਲੇ ਦੁਆਲੇ ਪਰਿਵਾਰ ਦੇ ਵਿੱਚ ਖੁਸ਼ੀਆਂ ਵਾਲੇ ਪਰਿਵਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਪਰ ਸਾਹਿਬ ਥਿੰਦ ਸਾਹਿਬ ਮੈਂ ਜੋ ਤੁਹਾਨੂੰ ਕਹਿ ਰਿਹਾ ਨਾ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਵੀ ਇਹ ਜਿਹੜੀ ਇਹ 50ਵੀਆਂ ਅਤੇ 60 ਸਾਲ ਵਾਲੀਆਂ ਸਪੀਸੀਜ਼ ਆ ਇਹ ਮਰ ਰਹੀਆਂ ਸਪੀਸੀਜ਼, ਤੁਹਾਨੂੰ ਗਾਹਾਂ ਨੂੰ ਬਹੁਤ ਘੱਟ ਮਿਲਣੇ ਆ ਜੀ, ਵੀ ਅਸੀਂ 50 ਸਾਲ ਇਕੱਠੇ ਰਹੇ ਹਾਂ ਜਾਂ ਅਸੀਂ 60 ਸਾਲ ਇਕੱਠੇ ਰਹੇ ਹਾਂ, ਇਹ ਬਹੁਤ ਘੱਟ ਰਹੇ ਇਹ ਜਾ ਕੇ। ਔਰ ਜਿਹੜੀ ਦੂਸਰੇ ਪਾਸੇ ਜਿਹੜਾ ਤੁਹਾਡਾ ਇਹ ਵਿਚਾਰ ਹੈ ਉਹਦੇ ਲਈ ਇੰਸਟੀਟਿਊਸ਼ਨ ਆਫ ਮੈਰਿਜ ਦੀ ਤੁਸੀਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ, ਅਫਕੋਰਸ ਕੁਛ ਲੋਕ ਡਿਸਕਰੇਜ ਹੋਏ ਆਪ ਜੀ ਵਰਗੇ ਜਿਹੜੇ ਭੱਦਰ ਪੁਰਸ਼ ਨੇ, ਕਈ ਉਸਦੇ ਬੜੇ ਨਾਵਾਚਕ ਪੱਖ ਵੇਖ ਰਹੇ ਹੋ, ਲੇਕਿਨ ਸ਼ਾਦੀਆਂ ਲੇਟ ਹੋ ਰਹੀਆਂ, ਬਹੁਤ ਸ਼ਾਦੀਆਂ ਹੋ ਰਹੀਆਂ। ਤੁਸੀਂ ਦੇਖੋ ਜੇ ਅੱਜ ਕੋਈ ਵਿਕਸਿਤ ਹੋਣ ਵਾਲੀ ਇੰਡਸਟਰੀ ਹੈ ਫਿਰ ਸਾਹਿਬ ਉਹ ਮੈਰਿਜ ਇੰਡਸਟਰੀ ਆ, ਲੱਖਾਂ ਕਰੋੜਾਂ ਦੇ ਬਾਵਜੂਦ ਸਾਰੀਆਂ ਦਿੱਕਤਾਂ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ, ਬਾਵਜੂਦ ਅਦਾਲਤ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਡਿਵੋਰਸਿਸ ਵਗੈਰਾ ਹੋ ਰਹੇ ਨੇ, ਇਹਦੇ ਬਾਵਜੂਦ ਸ਼ਾਦੀਆਂ ਦੀ ਗਿਣਤੀ ਫਿਰ ਸਭ ਕਾਫੀ ਆ। ਸਾਹਿਬ ਮੈਂ ਤੁਹਾਨੂੰ ਇੱਕ ਗੱਲ ਆਪਾਂ ਨਾ ਪੱਕੀ ਮੈਂ ਤੁਹਾਨੂੰ ਇਹ ਗੱਲ ਦੱਸਾਂ, ਹੁਣ ਤੁਹਾਨੂੰ ਇਹ ਗੱਲ ਕਹਿਣਾ ਪੈ ਗਿਆ ਵੀ ਸ਼ਾਦੀਆਂ ਦੀ ਗਿਣਤੀ ਕਾਫੀ ਆ, ਇਹ ਤਾਂ ਅੰਡਰਸਟੂਡ ਸੀ ਵੀ ਹਰੇਕ ਨੇ ਕਰਨੀ ਹੈ ਸ਼ਾਦੀ, ਇਹ ਤਾਂ ਨਵਾਂ ਕੰਮ ਆ ਗਿਆ ਜਾ ਕੇ ਵੀ ਹੁਣ ਸ਼ਾਦੀ ਕਰਾਉਂਦੇ ਹੀ ਨਹੀਂ ਹੈ, ਲੇਟ ਕਰਾਉਂਦੇ ਔਰ ਕਾਫੀ ਬੰਦੇ ਕਰਾਉਂਦੇ ਹੀ ਨਹੀਂ ਹੈ, ਐਸੇ ਵੀ ਹੈਗੇ ਜਿਹੜੇ ਕਰਾਉਂਦੇ ਨਹੀਂ ਹੈ। ਆ ਜਿਹੜਾ ਤੁਸੀਂ ਕਿਹਾ ਕਾਫੀ ਕਰਾਉਂਦੇ ਆ, ਇਹਦਾ ਮਤਲਬ ਕਈ ਨਹੀਂ ਵੀ ਕਰਾਉਂਦੇ, ਔਰ ਉਹਦੇ ਵਿੱਚ ਕੀ ਹੈ, ਇਹ ਕਦੇ ਸੋਚਿਆ ਸੀ ਤੁਸੀਂ ਵਿਆਹ ਪੇ ਹੋਣਾ, ਵਿਆਹ ਉਹਦਾ ਹੀ ਹੈ ਜਿਹਦਾ ਨਹੀਂ ਹੁੰਦਾ ਸੀ ਜਾ ਕੇ, ਇਹ ਥੋੜ੍ਹਾ ਸੀ ਵੀ ਕੋਈ ਮਰਜ਼ੀ ਨਾਲ ਕਹਿੰਦਾ ਸੀਗਾ ਜਾ ਕੇ ਨਹੀਂ ਜੀ ਇੱਦਾਂ ਹੀ ਰਹੇ ਇਕੱਠੇ ਹੀ ਠੀਕ ਆ, ਇਹ ਤਾਂ ਤਿੰਨ ਸਾਹਿਬ ਹੁੰਦਾ ਇਹ ਹੈਗਾ ਵੀ ਬਿਨਾਂ ਹੀ ਵਿਆਹ ਤੋਂ ਜਿਹੜੇ ਇਕੱਠੇ ਰਹੀ ਜਾਂਦੇ ਉਹਨਾਂ ਨੂੰ ਮਾਨਤਾ ਮਿਲੀ ਜਾਂਦੀ ਹੈ ਜਾ ਕੇ, ਗੌਰਮੈਂਟ ਮਾਨਤਾ ਦੇਈ ਜਾਂਦੀ ਹੈ, ਗੌਰਮੈਂਟ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਇੱਦਾਂ ਹੀ ਰਹੀ ਜਾਓ, ਅਸੀਂ ਤੁਹਾਨੂੰ ਉਹੀ ਅਧਿਕਾਰ ਦੇ ਦਿੰਦੇ ਹਾਂ ਜਦ ਤੁਸੀਂ ਸੈਪਰੇਟ ਹੋਣਾ ਹੋਇਆ ਹੋਊਗਾ, ਉਹ ਵੀ ਲਾਅ ਦੇ ਵਿੱਚ ਹੀ ਨੇ, ਕਾਮਨ ਲਾਅ। ਤਿੰਨ ਸਾਹਿਬ ਮੈਂ ਲਾਅ ਨੂੰ ਨਹੀਂ ਕਹਿੰਦਾ ਹੈ ਵੀ ਲਾਅ ਆ, ਮੈਂ ਕਿਹਾ ਵੀ ਇੰਨਾ ਇਹ ਪ੍ਰੈਸ਼ਰ ਆ ਫੈਮਿਲੀ ਦਾ ਵੀ ਉਹ ਲਾਅ ਵੀ ਗੌਰਮੈਂਟਾਂ ਨੂੰ ਉਸ ਹਿਸਾਬ ਨਾਲ ਬਣਾਉਣੇ ਪਏ ਵੀ ਚੱਲ ਠੀਕ ਹੈ ਤੁਸੀਂ ਇੱਦਾਂ ਇਕੱਠੇ ਰਹੀ ਜਾਓ, ਜਦ ਤੁਸੀਂ ਇਕੱਲੇ ਹੋਣਾ ਹੋਊਗਾ ਇਕੱਲੇ ਹੋ ਜਾਓ, ਕੋਈ ਗੱਲ ਨਹੀਂ ਤੁਹਾਨੂੰ। ਤੁਸੀਂ ਆਪ ਹੀ ਦੱਸਿਆ ਸੀ ਵੀ ਗੱਲ ਤਾਂ ਸਮਾਜਿਕ ਪ੍ਰਵਾਨਗੀ ਦੀ ਹੈ ਨਾ, ਕਾਮਨ ਲਾਅ ਜਾਂ ਨਹੀਂ ਕਾਮਨ ਲਾਅ ਜਾਂ ਟ੍ਰੈਡੀਸ਼ਨਲ ਮੈਰਿਜ ਹੋ ਤਾਂ ਵੱਖਰੀ ਗੱਲ। ਥਿੰਦ ਸਾਹਿਬ ਸਮਾਜਿਕ ਪ੍ਰੋਬਲਮ, ਸਮਾਜਿਕ ਪ੍ਰੋਬਲਮ ਉਹੀ ਮਿਲਦੀ ਆ ਜਦੋਂ ਸਮਾਜ ਵਿੱਚ ਹੋਣ ਲੱਗ ਪੈਂਦਾ, ਸਮਾਜ ਫਿਰ ਕੀ ਕਰਦਾ, ਸਮਾਜ ਉਹਨੂੰ ਪ੍ਰਵਾਨਗੀ ਦੇਣ ਲੱਗ, ਕੱਲ੍ਹ ਨੂੰ ਹੁਣ ਸਮਾਜ ਨੇ ਇਹ ਕਹਿ ਦੇਣਾ ਚੱਲ ਨਹੀਂ ਸ਼ਾਦੀ ਕੋਈ ਗੱਲ ਨਹੀਂ ਹੈਗੀ ਆ, ਤੁਸੀਂ ਆਪਣੀ ਅਪਾਰਟਮੈਂਟ 'ਚ ਤੂੰ ਰਹੀ ਜਾ, ਤੂੰ ਆਪਣੀ ਅਪਾਰਟਮੈਂਟ 'ਚ ਰਹੀ ਜਾ, ਇਹ ਜਿੱਧਰ ਮਰਜ਼ੀ ਫਿਰੇ ਤੂੰ, ਔਰ ਇੱਦਾਂ ਦੇ ਹੋ ਰਹੇ ਆ, ਇਹ ਮੈਂ ਕੋਈ ਹਵਾ ਦੇ ਵਿੱਚ ਸਟੇਟਮੈਂਟ ਨਹੀਂ ਦੇ ਰਿਹਾ ਵੀ ਇੱਦਾਂ ਦੇ ਨਹੀਂ ਹੈ, ਇੱਦਾਂ ਦੇ ਕਪਲ ਹੈਗੇ ਆ ਜਿਹੜੇ ਉਹ ਆਪਣੇ ਅਪਾਰਟਮੈਂਟ 'ਚ ਰਹਿੰਦੀ ਆ, ਉਹ ਆਪਣੇ 'ਚ ਰਹਿੰਦਾ, ਉਹ ਵੀਕਐਂਡ 'ਤੇ ਇਕੱਠੇ ਹੁੰਦੇ ਆ, ਹੋਲੀਡੇ ਕਰਦੇ ਆ, ਵੈਕੇਸ਼ਨ 'ਤੇ ਇਕੱਠੇ ਜਾਂਦੇ ਆ, ਜਿੱਧਰ ਉਹਦਾ ਚਿੱਤ ਕਰਦਾ ਉਹ ਕਰਦਾ, ਇਹ ਕੁਛ ਹੋ ਰਿਹਾ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਹੀ ਇੱਦਾਂ ਕਰ ਰਹੇ, ਇਟ ਇਜ਼ ਨੋਟ ਅ ਸਵੀਪਿੰਗ ਸਟੇਟਮੈਂਟ। ਦੇਖੋ ਪੱਛਮੀ ਸਭਿਅਤਾ ਦੇ ਵਿੱਚ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਖੁੱਲ੍ਹ ਡੁੱਲ ਰਹੀ ਹੈ, ਇਹਨਾਂ ਦੀ ਵੱਖਰੀ ਆ, ਸਾਡੀ ਟ੍ਰੈਡੀਸ਼ਨਸ ਵੱਖ
ਥਿੰਦ ਸਾਹਿਬ, ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਦੇਖੋ ਪਹਿਲੀ ਗੱਲ ਤਾਂ ਵੀ ਮੈਂ ਜਿਹੜਾ ਹੈਗਾ ਮੈਂ ਬਹੁਤ ਘੱਟ ਨੈਗੇਟਿਵ ਜਾਂਦਾ ਹੁੰਦਾ, ਜਾ ਬਹੁਤ ਨੈਗੇਟਿਵ ਘੱਟ ਜਾਂਦਾ। ਔਰ ਇਹਦੇ ਵਿੱਚ ਮੈਂ ਤਾਂ ਮੈਨੂੰ ਨਹੀਂ ਪਤਾ ਵੀ ਜੋ ਹੋ ਰਿਹਾ ਹੈ ਨੈਗੇਟਿਵ ਹੋ ਰਿਹਾ ਜਾਂ ਪੋਜ਼ਿਟਿਵ, ਚੰਗਾ ਹੋ ਰਿਹਾ ਜਾਂ ਮਾੜਾ ਹੋ ਰਿਹਾ, ਪਤਾ ਨਹੀਂ ਹੈਗਾ ਕਿ ਇਹਦੇ ਵਿੱਚੋਂ ਕੀ ਹੋਣਾ, ਪਰ ਇਹ ਹੋ ਰਿਹਾ, ਇਹ ਹੋ ਰਿਹਾ ਵੀ ਬਹੁਤ ਨਿਆਣੇ ਆ ਉਹ ਵਿਆਹ ਕਰਾਉਂਦੇ ਨਹੀਂ। ਅੱਛਾ, ਉਹ ਵਿਆਹ ਨਹੀਂ ਕਰਾਉਂਦੇ, ਉਹ ਉਹਨਾਂ ਦਾ ਇੱਕ ਕਾਰਨ ਇਹ ਵੀ ਆ ਵੀ ਉਹ ਫੈਮਲੀਆਂ ਦੇ ਵਿੱਚ ਬਹੁਤੀ ਪੀਸਫੁੱਲ ਲਾਈਫ ਨਹੀਂ ਦੇਖ ਰਹੇ ਹੈ। ਜਿਨ੍ਹਾਂ ਫੈਮਲੀਆਂ ਵਿੱਚ ਉਹ ਰੇਜ਼ ਹੁੰਦੇ ਆ ਉਹਨਾਂ 'ਚ ਉਹਨਾਂ ਨੂੰ ਇੱਦਾਂ ਨਹੀਂ ਲੱਗਦਾ ਵੀ ਇਹ ਤਾਂ ਵੀ ਜੰਨਤ ਆ, ਇਹ ਤਾਂ ਫੈਮਲੀ ਤਾਂ ਜੰਨਤ ਆ। ਉਹ ਕਾਫ਼ੀ ਮਯੂਸੇ ਹੁੰਦੇ ਉਹਦੇ ਵਿੱਚੋਂ, ਕਿਉਂਕਿ ਫੈਮਲੀਆਂ ਦੇ ਵਿੱਚ ਝਗੜੇ ਇੰਨੇ ਆ, ਪ੍ਰੋਬਲਮਾਂ ਇੰਨੀਆਂ ਆ ਝਗੜੇ ਦੇ ਵਿੱਚ ਜਾ ਕੇ, ਜਿਹਦੇ ਵਿੱਚ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਥਿੰਦ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਫੈਮਲੀਆਂ ਦੇ ਝਗੜੇ ਜਿਹੜੇ ਆ ਇਹ ਜਿਹੜੇ ਹੈਗੇ ਆ, ਇਹ ਲੀਡਸ ਟੂ ਸਟ੍ਰੈਸ, ਟੈਨਸ਼ਨ, ਬਲੱਡ ਪ੍ਰੈਸ਼ਰ, ਡਿਪਰੈਸ਼ਨ, ਉਹਦੇ ਉੱਤੇ ਜਾ ਐਂਡ ਸੁਈਸਾਈਡ। ਥਿੰਦ ਸਾਹਿਬ, ਪਿੱਛੇ ਫਿਗਰ ਆਏ ਆ ਥੋੜ੍ਹੇ ਜਿਹੇ ਜਾ ਕੇ, ਸਭ ਤੋਂ ਵੱਧ ਜਿਹੜੇ ਸੁਈਸਾਈਡ ਹੁੰਦੇ ਆ ਉਹ ਫੈਮਲੀ ਪ੍ਰੋਬਲਮ ਕਰਕੇ ਹੋ ਰਹੇ ਆ। 23% ਸ਼ਾਇਦ ਨਿਕਲੇ ਸੀ, ਮੈਨੂੰ ਹਜੇ ਭੁੱਲਦਾ ਨਹੀਂ ਹੈ, ਪਰ ਹੋ ਸਕਦਾ ਹੇਠ ਉੱਤੇ ਵੀ ਹੋਵੇ, ਮੈਂ ਇੱਥੇ ਕੋਈ ਕਹਿੰਦਾ। ਸਭ ਤੋਂ ਵੱਧ ਜਿਹੜੇ ਸੁਈਸਾਈਡ ਹੋ ਰਹੇ ਉਹ ਇਸ ਗੱਲ ਕਰਕੇ ਹੋ ਰਹੇ ਆ ਕਿਉਂਕਿ ਫੈਮਲੀ ਦੇ ਵਿੱਚ ਪ੍ਰੋਬਲਮ ਆ, ਔਰ ਉਹ ਫੈਮਲੀ ਦੀ ਪ੍ਰੋਬਲਮ ਸੋਲਵ ਨਹੀਂ ਹੋ ਰਹੀ। ਤੁਸੀਂ ਫੈਮਲੀ ਦੀ ਗੱਲ ਕਰਦੇ ਹੋ ਸਰ, ਮੇਰਾ ਖਿਆਲ ਆ ਤੁਸੀਂ ਸਮੁੱਚੇ ਪਰਿਵਾਰ ਦੀ ਗੱਲ ਕਰ ਰਹੇ ਹੋ, ਹਸਬੈਂਡ ਵਾਈਫ ਤੋਂ ਇਲਾਵਾ ਭੈਣ ਭਰਾਵਾਂ 'ਚ ਟੈਨਸ਼ਨ ਚੱਲ ਰਹੀ ਆ, ਭਤੀਜੇ ਚਾਚੇ ਤਾਏ 'ਚ ਟੈਨਸ਼ਨ ਚੱਲ ਰਹੀ ਆ, ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਕਿ ਹੋਰ ਸਮੁੱਚੀ ਪਰਿਵਾਰ ਦੇ ਮਾਤਾ ਪਿਤਾ 'ਚ, ਬੱਚਿਆਂ ਪਿਤਾ 'ਚ, ਭੈਣ ਭਰਾਵਾਂ ਦੀ ਆਪਸੀ ਰਾਈਵਲਰੀ, ਤੁਸੀਂ ਕੀ ਗੱਲ? ਨਹੀਂ, ਮੈਂ ਥਿੰਦ ਸਾਹਿਬ ਇਹ ਕਰ ਰਿਹਾ, ਪਹਿਲਾਂ ਤਾਂ ਜੁਆਇੰਟ ਫੈਮਿਲੀ ਤੋਂ ਟੁੱਟ ਕੇ ਸਿੰਗਲ ਫੈਮਿਲੀ ਵੱਲ ਨੂੰ ਹੋ ਰਿਹਾ ਕੰਮ ਜਾ ਕੇ, ਜੁਆਇੰਟ ਫੈਮਿਲੀ ਜਿਹੜੀ ਹੈਗੀ ਆ ਆਲਮੋਸਟ ਮਰ ਗਈ, ਆਲਮੋਸਟ ਮੈਂ ਕਹਿੰਦਾ, ਠੀਕ ਹੈ ਨਾ, ਔਰ ਉਹ ਸਿੰਗਲ ਫੈਮਿਲੀ ਹੈਗੇ ਆ ਹੁਣ, ਉਹ ਸਿੰਗਲ ਫੈਮਿਲੀ ਵੀ ਨਹੀਂ ਚੰਗੀ ਤਰ੍ਹਾਂ ਚੱਲ ਰਹੀ ਹੈਗੇ, ਹਸਬੈਂਡ ਵਾਈਫ ਇਕੱਠੇ ਰਹਿੰਦੇ ਆ, ਫਿਰ ਉੱਤੇ ਰੌਲੇ ਪੈ ਰਹੇ ਆ ਜਾ ਕੇ, ਹਸਬੈਂਡ ਵਾਈਫ ਬੱਚੇ, ਇਹਨੂੰ ਹੁਣ ਫੈਮਿਲੀ ਸਮਝਿਆ ਜਾਂਦਾ, ਚਾਚੇ ਤਾਏ ਵਾਲੀ ਗੱਲ ਤਾਂ ਚਲੋ ਪਿੱਛੇ ਪੈ ਗਈ, ਠੀਕ ਹੈ ਨਾ, ਹੁਣ ਉਹਦੇ ਵਿੱਚ ਵੀ ਪ੍ਰੋਬਲਮ ਆ, ਉਹਦੇ ਵਿੱਚ ਜਿਹੜਾ ਮੈਂ ਕਹਿ ਰਿਹਾ ਜਾ ਕੇ ਉਹਦੇ ਵਿੱਚ ਸੁਈਸਾਈਡ ਹੋ ਰਹੇ ਆ ਜਾ ਕੇ ਜਿਹੜੇ, ਔਰ ਉਹਦੇ ਵਿੱਚ ਦੂਜੇ ਪਾਸੇ ਇੱਕ ਪਾਸੇ ਆਹ ਹੋ ਰਿਹਾ ਜਿਹੜਾ ਸਮਾਜਿਕ ਕੰਮ ਹੋ ਰਿਹਾ, ਫੈਮਿਲੀ ਦੇ ਵਿੱਚ ਕੰਮ ਹੋ ਰਿਹਾ, ਔਰ ਦੂਜੇ ਪਾਸੇ ਇਹ ਜਿਹੜੇ ਉੱਥੇ ਜਾ ਰਹੇ ਆ, ਤੁਸੀਂ ਰੌਲਾ ਪੈ ਜਾਂਦਾ, ਬੋਲ ਕਬੋਲ ਹੁੰਦੇ ਆ, ਮਾਰ ਕੁਟਾਈ ਹੁੰਦੀ ਆ, ਮਾਰ ਕੁਟਾਈ ਤੋਂ ਬਾਅਦ 911 ਹੁੰਦੀ ਆ, 911 ਤੋਂ ਪੁਲਿਸ ਆਉਂਦੀ ਆ, ਔਰ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਰੋਲ ਮਾਡਲ ਫਾਦਰ ਨੂੰ ਹੱਥਕੜੀਆਂ ਲਿਜਾ ਕੇ ਜਿਸ ਵੇਲੇ ਪੁਲਿਸ ਲਿਜਾ ਰਹੀ ਹੁੰਦੀ ਆ, ਉਹ ਕੋਈ ਚੰਗੇ ਸੀਨ ਨਹੀਂ ਹੈ ਬੱਚਿਆਂ ਦੀ ਪਰਵਰਿਸ਼ ਦੇ ਲਈ, ਔਰ ਇਹ ਹੋ ਰਿਹਾ ਜਦੋਂ ਉਹਨਾਂ ਦੇ ਸਾਹਮਣੇ ਉਹਦੇ ਬਾਪ ਨੂੰ ਕੜੀਆਂ ਲਿਜਾ ਕੇ ਲਿਜਾਂਦੇ ਆ ਕੋਰਟਾਂ ਦੇ, ਔਰ ਫਿਰ ਕੋਰਟਾਂ ਚਲ ਜਾਂਦੇ ਆ, ਕੋਰਟਾਂ ਦੇ ਵਿੱਚ ਜਾ ਕੇ ਕੀ ਹੁੰਦਾ, ਕੋਰਟਾਂ ਦੇ ਵਿੱਚ ਕੀ ਹੁੰਦਾ, ਜਾ ਕੇ ਨੋ ਗੋ ਲੱਗ ਜਾਂਦੀ ਆ, ਪਰਮਿਸ਼ਨ ਲੱਗ ਗਈ ਆ, ਉਹਦੇ ਵਿੱਚ ਜੁਰਮਾਨੇ ਹੋ ਗਏ ਆ, ਔਰ ਜੇਲ੍ਹ ਹੋ ਗਏ ਆ ਜਾ ਕੇ, ਔਰ ਲੱਖਾਂ ਹੀ ਡਾਲਰ ਜਿਹੜੇ ਆ ਤੁਹਾਡੇ ਖਰਾਬ ਹੋ ਰਹੇ ਆ, ਔਰ ਉਹ ਤੁਸੀਂ ਆਪਾਂ ਇਹ ਕਹਿੰਦੇ ਵੀ ਸਮੱਸਿਆ ਹੈ ਨਹੀਂ ਕਿਤੇ, ਨਹੀਂ ਸਮੱਸਿਆ ਹੈਗੀ ਆ, ਇਹ ਤਾਂ ਰੈਕੋਗਨਾਈਜ਼ ਕਰਨੀ ਪਊਗੀ, ਤਾਂ ਦਿਸਦੀ ਆ, ਪਰ ਇਹ ਜਿਹੜੀ ਆ ਕਿੰਨੇ ਪਰਸੈਂਟੇਜ ਲੋਕ, ਇਹ ਸੰਸਾ ਪਰਸੈਂਟੇਜ, ਦੇਖੋ ਇਹ ਪਰਸੈਂਟ ਇੱਦਾਂ ਨਹੀਂ ਹੈ ਵੀ ਕਲੇਸ਼ ਆਲਵੇਜ਼ ਹੁੰਦਾ ਹੀ ਰਹਿੰਦਾ ਰੋਜ਼, ਨੋਟ ਲਾਈਕ ਦੈਟ, ਪਰ ਇਹ ਭੜਕਦਾ ਆ, ਜਿਸ ਵੇਲੇ ਭੜਕਦਾ ਉਸ ਵੇਲੇ ਕਾਬੂ ਨਹੀਂ ਆ ਰਿਹਾ ਜਾ ਕੇ, ਜਿਸ ਵੇਲੇ ਉਹ ਜਿਹੜਾ ਹੈਗਾ ਪਰਸੈਂਟੇਜ, ਜਿੱਥੇ ਪਰਸੈਂਟੇਜ ਦੀ ਗੱਲ ਆ ਹੁਣ, ਕਿੰਨੇ ਪਰਸੈਂਟ ਲੋਕਾਂ ਦਾ ਕਾਬੂ ਨਹੀਂ ਆ ਰਿਹਾ, ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ, ਵਕਤਨ ਫਵਕਤਨ ਜਿਹੜੇ ਹੁਣ ਸੁਣਨ ਵਾਲੇ ਆ ਸਾਡੇ, ਇਹ ਦੇਖ ਲੈਣ, ਉਹ ਆਪਣੇ 'ਤੇ ਝਾਤੀ ਮਾਰ ਕੇ ਦੇਖ ਲੈਣ ਵੀ ਸਾਡੇ ਪਰਿਵਾਰ ਦੇ ਵਿੱਚ ਕਿੰਨੇ ਕੁ ਵਾਰ ਸਾਡੀਆਂ ਲੜਾਈਆਂ ਹੋਈਆਂ, ਇਹ ਜਿਹੜੀ ਸਰਵੇ ਕਰਨ ਨਾਲੋਂ, ਔਰ ਉਹਦੇ ਵਿੱਚ ਆਫਕੋਰਸ ਦੋ ਇੰਡੀਵਿਜੁਅਲ ਨੇ, ਉਹਨਾਂ ਦੇ ਕਈ ਵਾਰੀ ਵਿਚਾਰਾਂ ਦੇ ਵਿਰੋਧ ਹੋਣੇ ਨੇ, ਪ੍ਰਿੰਸ ਸਾਹਿਬ ਵਿਚਾਰਾਂ ਦਾ ਵਿਰੋਧ, ਜੇ ਕੜੀਆਂ ਲਵਾ ਕੇ ਤੁਹਾਨੂੰ ਕੋਰਟ ਵਿੱਚ ਲੈ ਜਾਵੇ ਤਾਂ ਉਹ ਵਿਚਾਰਾਂ ਦਾ ਵਿਰੋਧ ਨਹੀਂ ਹੈ, ਲਿਸਨ, ਉਹ ਨਹੀਂ ਹੈ ਵਿਚਾਰਾਂ ਵਿਰੋਧ, ਤੁਹਾਨੂੰ ਡਿਪਰੈਸ਼ਨ ਨਾਲ ਲੈ ਜਾਵੇ ਉਹ ਹੈਲਦੀ ਨਹੀਂ ਹੈ, ਉਹਦੇ ਤੋਂ ਬਾਅਦ ਸੁਈਸਾਈਡ ਕਰ ਲਓ ਤਾਂ ਉਹ ਹੈਲਦੀ ਨਹੀਂ ਹੈ, ਇਹ ਕੁਛ ਹੋ ਰਿਹਾ, ਇਹ ਪਰਿਵਾਰਾਂ ਦੇ ਵਿਰੋਧ ਕਰਕੇ ਹੋ ਰਿਹਾ, ਜਿਹਦੇ ਕਰਕੇ ਆਪਾਂ ਹੁਣ ਇੱਥੇ ਬੈਠੇ ਹਾਂ। ਦੇਖੋ ਥਿੰਦ ਸਾਹਿਬ, ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ ਜੀ, ਹਰ ਆਦਮੀ ਕਿਤੇ ਨਾ ਕਿਤੇ ਯੂਜ਼ਫੁੱਲ ਹੁੰਦਾ ਆ, ਕਿਸੇ ਨਾ ਕਿਸੇ ਹਰ ਪਰਸਨ, ਅਤੇ ਉਹ ਮੈਨੂੰ ਨਹੀਂ ਪਤਾ ਮੈਂ ਕਿੱਥੇ ਯੂਜ਼ਫੁੱਲ ਹੁੰਦਾ, ਮੇਰੇ ਮਨ 'ਚ ਇਹ ਹੁੰਦਾ ਵੀ ਮੈਂ ਵੀ ਕਿਤੇ ਯੂਜ਼ਫੁੱਲ ਹੋ ਜਾਵਾਂ ਕਿਤੇ ਜਾ ਕੇ, ਜਿਹੜੀ ਗੱਲ ਹੈਗੀ, ਯੂ ਆਰ ਵੈਰੀ ਯੂਜ਼, ਮੈਨੂੰ ਨਹੀਂ ਪਤਾ ਕਿਉਂ, ਹਰ ਬੰਦਾ ਯੂਜ਼ਫੁੱਲ ਤਾਂ ਹੈਗਾ ਕਿਤੇ ਨਾ ਕਿਤੇ, ਸੋ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਇਹਨੂੰ ਹੀ ਜੇ ਥੋੜ੍ਹਾ ਜਿਹਾ ਘਟਾ ਦਈਏ, 2% ਘਟਾ ਦਈਏ ਕਿਸੇ ਤਰ੍ਹਾਂ ਜਾ ਕੇ ਜਿਹੜਾ ਹੈਗਾ, ਕਿਉਂਕਿ ਅਸੀਂ ਡਿਸਕਰੇਜ ਤਾਂ ਕਰ ਨਹੀਂ ਰਹੇ ਵੀ ਤੁਸੀਂ, ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਜਿਹੜਾ ਹੈਗਾ ਤੁਸੀਂ ਇਹਨੂੰ ਥੋੜ੍ਹਾ ਜਿਹਾ ਪ੍ਰੋਬਲਮ, ਪਹਿਲਾਂ ਤਾਂ ਪ੍ਰੋਬਲਮ ਨੂੰ ਸਮਝੋ, ਪ੍ਰੋਬਲਮ ਹੈਗੀ, ਜੇ ਤੋਂ ਡਿਨਾਈ ਕਰਾਂਗੇ ਫਿਰ ਇਹਦਾ ਹੱਲ ਵੀ ਨਹੀਂ ਕੱਢ ਸਕਾਂਗੇ, ਠੀਕ ਹੈ, ਡਿਨਾਈ ਤਾਂ ਕਰ ਨਹੀਂ ਸਕਦੇ। ਇਸ ਗੱਲ ਦੇ ਨਾਲ ਆਪਾਂ ਦੇਖ ਸਕਦੇ ਹਾਂ, ਤੁਸੀਂ ਕਹਿੰਦੇ ਹਾਂ ਤੁਸੀਂ ਇੰਨਾ ਕੁ ਤਾਂ ਤੁਸੀਂ ਵੀ ਮੰਨਦੇ ਆ ਵੀ ਥੋੜ੍ਹੀ ਹੈਗੀ ਹੈ, ਤੁਸੀਂ ਕਹਿੰਦੇ ਥੋੜ੍ਹੀ ਹੈ, ਕੁਝ ਲੋਕਾਂ 'ਚ ਹੈਗੀ, ਠੀਕ ਹੈ ਨਾ, ਤੁਸੀਂ ਚਲੋ ਤੁਹਾਡੇ ਖਿਆਲ ਨਾਲ ਥੋੜ੍ਹੀ ਹੈ, ਪਰ ਮੇਰੇ ਖਿਆਲ ਨਾਲ ਥੋੜ੍ਹੀ ਨਹੀਂ ਹੈ, ਕਿਉਂਕਿ ਮੇਰੇ ਖਿਆਲ ਦੇ ਨਾਲ ਜੇ ਤੁਸੀਂ, ਥਿੰਦ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਜ਼ਾਰਾਂ ਦੀ ਗਿਣਤੀ ਸਰੀ ਦੇ ਵਿੱਚ ਬੰਦੇ ਬੈਠੇ ਆ ਜਿਹੜੇ ਜਾ ਕੇ ਉੱਥੇ ਕੋਰਟਾਂ ਦੇ ਵਿੱਚ ਜਾ ਚੁੱਕੇ ਆ,
ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੇ ਵਿੱਚੋਂ, ਯੈਸ, ਹਾਂ ਹਜ਼ਾਰਾਂ ਦੀ ਗਿਣਤੀ ਵਿੱਚ, ਔਰ ਇੱਕ ਮੈਂ ਤੁਹਾਨੂੰ ਹੋਰ ਐਵਰੀ ਡੇ ਹੁੰਦੇ ਆ, ਇੱਕ ਦਿਨ ਵੀ ਖਾਲੀ ਨਹੀਂ ਜਾਂਦਾ ਜਿੱਦਣ ਉੱਥੇ ਨਹੀਂ ਹੁੰਦੇ ਜਾ ਕੇ, ਔਰ ਉਹ ਬਹੁਤ ਛੋਟੀ ਗਿਣਤੀ ਹੈ ਜਿਹੜੀ ਕੋਰਟਾਂ 'ਚ ਜਾਂਦੀ ਹੈ, ਬਹੁਤੇ ਤਾਂ ਘਰਾਂ 'ਚ ਲੜ ਲੁੜ ਕੇ ਹੱਟ ਹੁੱਟ ਜਾਂਦੇ ਆ ਜਾ ਕੇ, ਫਿਰ ਮੁੜ ਫਿਰ ਰਹਿਣ ਲੱਗ ਪੈਂਦੇ ਆ, ਮਗਰੋਂ ਫਿਰ ਜੁੱਤੀ ਪਤਾਣ ਹੁੰਦਾ ਆ, ਫਿਰ ਉਹ ਮਗਰੋਂ ਫਿਰ ਐਡਜਸਟ ਕਰ ਲੈਂਦੇ ਆ, ਚੱਲ ਕੋਈ ਗੱਲ ਨਹੀਂ, ਇੱਦਾਂ ਹੀ ਚੱਲੀ ਜਾਂਦਾ ਗੱਲ ਜਾ ਕੇ, ਜਿਹੜੇ ਬਹੁਤਾ ਤਾਂ ਇੱਦਾਂ ਹੀ ਕੰਮ ਚੱਲਦਾ ਜਾ ਕੇ। ਜੇ ਹੁਣ ਤੁਸੀਂ ਉਹਨੂੰ ਕਹੋਗੇ ਵੀ ਬਹੁਤ, ਦੇਖੋ ਇੱਕ ਮੈਂ ਬਈ ਦੱਸਾਂ, ਇੱਥੇ ਆਪਾਂ ਕੈਨੇਡਾ ਦੇ ਵਿੱਚ ਆਏ ਹਾਂ, ਇੱਥੇ ਜਾਣੀ ਹੈ ਇਹ ਜਿਸ ਵੇਲੇ ਹਾਲਾਤ ਇਹ ਸੀਗੇ ਇੱਥੇ, ਵੀ ਬੰਦਾ ਇਹ ਕਹਿੰਦਾ ਸੀ ਵੀ ਇੱਕ ਵਾਰ ਮੈਂ ਕੈਨੇਡਾ ਪਹੁੰਚ ਜਾਵਾਂ, ਮੇਰਾ ਵੀਜ਼ਾ ਲੱਗ ਜਾਵੇ ਜਾ ਕੇ ਉੱਥੇ ਜਾ ਕੇ, ਫਿਰ ਦੇਖੋ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ, ਫਿਰ ਜ਼ਿੰਦਗੀ 'ਚ ਕੋਈ ਇਹੋ ਜਿਹੀ ਗੱਲ ਨਹੀਂ ਜਿਹੜਾ ਮੈਨੂੰ ਅੱਗੇ ਦੁੱਖ ਹੋਣਾ ਇੱਥੇ। ਔਰ ਇੱਥੇ ਆਉਣ ਦੇ ਲਈ ਤਿੰਨ ਸਾਹਿਬ ਬੇੜੀਆਂ ਉਲਟਦੀਆਂ, ਬੰਦੇ ਮਰਦੇ ਆ ਰਾਹ ਦੇ ਵਿੱਚ, ਟਰੱਕਾਂ ਦੇ ਵਿੱਚ ਬੰਦੇ ਆਉਂਦੇ ਆ, ਉਹਦੇ ਵਿੱਚ ਸਫੋਕੇਸ਼ਨ 'ਚ ਮਰਦੇ ਆ, ਹਰ ਹੀਲਾ ਬੁੱਤਾ ਕੀਤਾ ਜਾਂਦਾ ਹੈਗਾ ਇੱਥੇ ਪਹੁੰਚਣ ਲਈ। ਔਰ ਜਦੋਂ ਇੱਥੇ ਆ ਜਾਂਦੇ ਆ ਔਰ ਇਹ ਸੁਰਗ ਦੇ ਵਿੱਚ ਕਹਿੰਦੇ ਅਸੀਂ ਆ ਗਏ ਹਾਂ, ਸਾਰੀਆਂ ਹੀ ਖੁਸ਼ੀਆਂ ਖੁਸ਼ੀਆਂ, ਫਿਰ ਇਹ ਮੰਨ ਲਓ ਤੁਸੀਂ ਗੱਲ, ਇਹ ਜਦ ਇੱਥੇ ਰਹਿਣ ਲੱਗ ਪੈਂਦੇ ਆ ਉਹ ਫਿਰ ਖੁਸ਼ੀਆਂ ਦਾ ਲੈਵਲ ਉਹ ਨਹੀਂ ਰਹਿ ਜਾਂਦਾ, ਫਿਰ ਬਹੁਤ ਬੜਿਆਂ ਬੜਿਆਂ ਘਰਾਂ ਦੇ ਵਿੱਚੋਂ ਚੀਖਾਂ ਦੀਆਂ ਆਵਾਜ਼ਾਂ ਆਉਂਦੀਆਂ ਜਾ ਕੇ, ਬਹੁਤ ਬੜਿਆਂ ਬੜਿਆਂ ਘਰਾਂ ਦੇ ਵਿੱਚੋਂ। ਫਾਈਨੈਂਸ਼ੀਅਲ ਸਿਕਿਉਰਿਟੀ ਤਕਰੀਬਨ ਸਾਰਿਆਂ ਨੇ ਕੋਲ ਹੈਗੀ, ਇੱਥੇ ਫਾਈਨੈਂਸ਼ੀਅਲੀ ਸਾਰੇ ਆਪਾਂ ਠੀਕ ਹੈ, ਅਤੇ ਚਲੋ ਜਿੱਦਾਂ ਕਹਿ ਲਓ ਇੱਦਾਂ ਨਹੀਂ ਕਹਿ ਸਕਦੇ ਫਾਈਨੈਂਸ਼ੀਅਲੀ ਠੀਕ ਹੈ, ਪਰ ਫਾਈਨੈਂਸ਼ੀਅਲੀ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਤੁਸੀਂ ਕਹੋ ਸਾਰੇ ਖੁਸ਼ੀ 'ਚ ਆ, ਨੋ ਸਾਰੇ ਖੁਸ਼ੀ 'ਚ ਨਹੀਂ ਆ ਜਾ ਕੇ, ਆ ਸਭ ਕੁਛ ਹੋ ਰਿਹਾ, ਕਿਉਂ ਸਾਨੂੰ ਜਿਸ ਚੀਜ਼ ਦੀ ਤਵੱਕੋ ਸੀਗੀ ਵੀ ਸਾਨੂੰ ਹੋਣਾ ਉਹ ਸਾਡੀ ਪੂਰੀ ਨਹੀਂ ਹੁੰਦੀ ਹੈ ਜਾ ਕੇ। ਪ੍ਰੋਫੈਸਰ, ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪਰਿਵਾਰਾਂ ਦੇ ਵਿੱਚ ਲੜਾਈ ਝਗੜਿਆਂ ਦੀ ਗੱਲ ਕਰਦੇ ਹੋ, ਮੇਰਾ ਖਿਆਲ ਕੋਈ ਨਵੀਂ ਗੱਲ ਤਾਂ ਹੈ ਨਹੀਂ ਗੀ, ਇਹ ਅਜ਼ਲਾਂ ਤੋਂ ਹੀ ਇਸ ਤਰ੍ਹਾਂ ਦਾ ਵਿਚਾਰਾਂ ਦਾ ਵਿਰੋਧ ਚੱਲਦਾ ਰਿਹਾ। ਥੈਂਕ ਸਾਹਿਬ, ਇਹ ਇਸ ਗੱਲ ਦੇ ਨਾਲ ਮੈਂ ਤੁਹਾਡੇ ਨਾਲ ਐਗਰੀ ਕਰਦਾ ਵੀ ਇਹ ਜਿਹੜੀ ਹੈਗੀ ਆ ਨਵੀਂ ਗੱਲ ਐਗਰਵੇਟ ਹੋ ਗਈ ਆ, ਮਾਸ ਸਕੇਲ 'ਤੇ ਆ ਗਈ ਆ, ਪਰ ਇਹ ਜਿਹੜੀ ਹੈਗੀ ਆ ਰਹੀ ਪਹਿਲਾਂ 'ਤੇ ਆ। ਹੁਣ ਜਿੱਦਾਂ ਆਪਾਂ ਕਈ ਵਾਰ ਗੱਲ ਕਰਦੇ ਹੁਣ, ਕਿਉਂਕਿ ਮੈਂ ਹਿਸਟਰੀ ਨਾਲ ਸੰਬੰਧਿਤ ਰਿਹਾ ਥੋੜ੍ਹੇ ਜਿਹੇ, ਹੁਣ ਆਪਾਂ ਪਿੱਛੇ ਜੇ ਕਿ ਝਾਤੀ ਮਾਰ ਦਈਏ, ਥਿੰਨ ਸਾਹਿਬ ਇੰਡੀਅਨ ਹਿਸਟਰੀ ਦੇ ਵਿੱਚ ਇਹ ਗੱਲ ਇਹ ਰਹੀ ਆ ਵੀ ਪੁਰਾਣੇ ਜਿਹੜੇ ਰਿਸ਼ੀ ਮੁਨੀ ਸੀ ਉਹ ਰਿਕਮੈਂਡ ਕਰਦੇ ਸੀ ਇਸ ਗੱਲ ਨੂੰ ਵੀ ਇੱਥੋਂ ਸੰਨਿਆਸ ਲੈ ਲਓ, ਚਲੋ ਇੱਥੇ ਜੇ ਫੈਮਿਲੀ ਦੇ ਵਿੱਚ ਤੁਸੀਂ ਖੁਸ਼ ਰਹਿ ਹੀ ਨਹੀਂ ਸਕਦੇ, ਜੰਗਲਾਂ 'ਚ ਚਲੋ, ਜੇ ਜੰਗਲਾਂ 'ਚ ਚਲ ਜਾਓ, ਪਹਾੜਾਂ 'ਚ ਚਲੋ, ਦਰਿਆਵਾਂ ਦੇ ਕੰਢੇ ਚੱਲ ਕੇ ਚਲੋ, ਇੱਥੋਂ ਨਿਕਲੋ ਜਾ ਕੇ ਇਹ ਹੈ, ਕਿਉਂਕਿ ਇੱਥੇ ਤੁਸੀਂ ਖੁਸ਼ ਨਹੀਂ ਰਹਿ ਸਕਦੇ। ਇਹ ਰਿਕਮੈਂਡ ਕਰਦੇ ਹੁੰਦੇ ਸੀਗੇ ਵੀ ਇੱਥੋਂ ਜੇ ਹੈਗੀ ਆ ਫੈਮਿਲੀ ਜਿਹੜੀ ਹੈ ਇਹ ਤਾਂ ਬੰਧਨ ਆ, ਫੈਮਿਲੀ ਵਿੱਚ ਤੁਸੀਂ ਖੁਸ਼ ਨਹੀਂ ਰਹਿ ਸਕਦੇ। ਫਿਰ ਤੁਸੀਂ ਦੇਖੋ ਹਿਸਟਰੀ ਦੇ ਵਿੱਚ ਦੇਖ ਲਓ, ਹਿਸਟਰੀ ਦੇ ਵਿੱਚ ਜੇ ਤੁਸੀਂ ਨਿਗਾਹ ਮਾਰੋ ਇਹਦੇ ਵਿੱਚ, ਅਤੇ ਆਪਣੇ ਰਾਮਾਇਣ ਕੀ ਹੈ, ਰਾਮਾਇਣ ਜਿਹੜੀ ਹੈ ਇੱਕ ਫੈਮਿਲੀ ਪ੍ਰੋਬਲਮ ਆ, ਜਿਹਦੇ ਵਿੱਚ ਉਹਦੀ ਵਾਈਫ ਬਾਦਸ਼ਾਹ ਨੂੰ ਕਿੰਗ ਮਹਾਰਾਜ ਨੂੰ ਮਜਬੂਰ ਕਰਦੀ ਹੈ ਜਾ ਕੇ ਵੀ ਤੂੰ ਆਪਣੇ ਸਭ ਤੋਂ ਜਿਹੜਾ ਲਾਇਕ ਪੁੱਤਰ ਹੈ ਇਹਨੂੰ ਬਣਵਾਸ ਦੇ ਵਿੱਚ ਭੇਜ ਦੇ, ਫੈਮਿਲੀ ਫਿਊਡ ਹੀ, ਫੈਮਿਲੀ ਫਿਊਡ ਹੈ, ਔਰ ਉਸ ਬਾਦਸ਼ਾਹ ਨੂੰ ਉਸ ਸ਼ਹਿਨਸ਼ਾਹ ਨੂੰ ਨਾ ਚਾਹੁੰਦੇ ਹੋਏ ਵੀ ਉਹਦੀ ਗੱਲ ਮੰਨਣੀ ਪਈ ਆ, ਨਾ ਚਾਹੁੰਦੇ ਹੋਏ ਵੀ ਆਪਣੀ ਬੰਦੇ ਉਹਨੂੰ ਭੇਜਣਾ ਪਿਆ ਬਣਵਾਸ 'ਤੇ। ਅੱਜ ਕੱਲ੍ਹ ਵੀ ਥਿੰਨ ਸਾਹਿਬ ਮੈਂ ਤੁਹਾਨੂੰ ਦੱਸਦਾ ਜਿਹੜੇ ਹਸਬੈਂਡ ਆ ਬਹੁਤ ਨਾ ਚਾਹੁੰਦੇ ਹੋਏ ਵੀ ਬਹੁਤ ਗੱਲਾਂ ਕਰ ਰਹੇ ਆ, ਔਰ ਵਾਈਫ ਵੀ ਨਾ ਚਾਹੁੰਦੇ ਹੋਏ ਬਹੁਤ ਗੱਲਾਂ ਕਰ ਰਹੀ ਆ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਜਿਹੜੇ ਹੈਗੇ। ਸੋ ਉਹ ਸਾਰੀ ਲੜਾਈ ਉੱਥੇ ਚੱਲ ਗਈ ਜਾ ਕੇ। ਮਹਾਂਭਾਰਤ ਕੀ ਕਾਹਦੀ ਲੜਾਈ ਹੈ ਮੈਨੂੰ, ਪਰਿਵਾਰ ਦੀ ਸਾਰੇ ਦੀ ਲੜਾਈ ਹੈ ਇਹਦੇ ਵਿੱਚ ਤੁਸੀਂ ਦੇਖ ਲਓ। ਔਰ ਇਹ ਥਿੰਨ ਸਾਹਿਬ ਇੱਥੇ ਮਹਾਤਮਾ ਬੁੱਧ ਵੀ ਜਿਸ ਵੇਲੇ ਫੈਮਿਲੀ ਦੇ ਵਿੱਚ ਰਹੇ ਨਾ, ਮਹਾਤਮਾ ਬੁੱਧ ਨੇ ਵੀ ਫਿਰ ਇਹ ਕਿਹਾ ਵੀ ਇਹ ਫੈਮਿਲੀ ਦੇ ਝਗੜੇ ਜਿਹੜੇ ਹੈਗਾ ਇਹ ਤਾਂ ਇਹ ਇੱਦਾਂ ਨਹੀਂ ਮੁੱਕਣੇ, ਇਹ ਤਾਂ ਘਰ ਬਾਰ ਛੱਡ ਕੇ ਬਾਹਰ ਜਾ ਕੇ ਚਿੰਤਨ ਕਰੋ, ਚਿੰਤਨ ਕਰਕੇ ਅਤੇ ਵਿਚਾਰ ਕਰੋ, ਔਰ ਵਿਚਾਰ ਕਰੋ 2600 ਸਾਲ ਪਹਿਲਾਂ ਦੀ ਗੱਲ ਆ। 2600 ਸਾਲ ਪਹਿਲਾਂ ਵੀ ਮਹਾਤਮਾ ਬੁੱਧ ਆਪਣੇ ਬੱਚੇ ਨੂੰ ਆਪਣੀ ਵਾਈਫ ਨੂੰ ਸੁੱਤੇ ਪੈ ਨੂੰ ਛੱਡ ਕੇ ਦੌੜ ਗਏ ਨੇ ਅੱਗੇ, ਨਹੀਂ ਬਈ ਇਹ ਹਾਲ ਇੱਥੇ ਨਹੀਂ ਹੈ, ਅੱਗੇ ਆ ਜਾਓ। ਹੋਰ ਹਿੰਦੂਇਜ਼ਮ ਦੇ ਵਿੱਚ ਜਿਹੜੇ ਸ਼ੰਕਰਾਚਾਰੀਆ ਹੋਏ ਆ ਜੀ, ਉਹ ਬਹੁਤ ਵੱਡੇ ਵਿਦਵਾਨ ਹੀ ਨਹੀਂ, ਉਹ ਵੱਡੇ ਸੰਨਿਆਸੀ ਹੋਏ ਆ, 1200 ਸਾਲ ਪਹਿਲਾਂ ਦੀ ਗੱਲ ਆ। ਉਹਨਾਂ ਨੇ ਇੰਨਾ ਕੰਮ ਕੀਤਾ ਥਿੰਨ ਸਾਹਿਬ, ਤੁਸੀਂ ਹੈਰਾਨ ਹੋਵੋਗੇ, ਉਹਨਾਂ ਨੇ 16 ਸਾਲ ਦੀ ਉਮਰ ਦੇ ਵਿੱਚ ਉਹਨੇ ਸਾਰੇ ਵੇਦਾਂ ਦਾ ਵੇਦ ਪੜ੍ਹ ਕੇ, ਉਪਨਿਸ਼ਦ ਪੜ੍ਹ ਕੇ, ਗੀਤਾ ਪੜ੍ਹ ਕੇ, ਨੌਪੁੰਡੀ ਸਾਰੇ ਪੜ੍ਹੇ, ਇਹਨਾਂ ਦੇ ਉੱਤੇ ਆਪਣੀਆਂ ਕਮੈਂਟਰੀਜ਼ ਕੀਤੀਆਂ ਇਹਨਾਂ 'ਤੇ ਆਪਣੀਆਂ 16 ਸਾਲ ਦੀ ਉਮਰ 'ਚ। 16 ਸਾਲ ਦੀ ਉਮਰ ਤੋਂ ਬਾਅਦ ਉਹਨੇ ਲਿਖਿਆ ਨਹੀਂ ਕੁਛ ਵੀ। 32 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ, ਉਹ ਵੀ ਸੰਨਿਆਸੀ ਦੇ ਘਰ ਬਾਰ ਛੱਡ ਗਏ ਸੀ, ਉਹ ਕਹਿੰਦੇ ਨਹੀਂ ਘਰ ਬਾਰ 'ਚ ਰਹਿ ਕੇ ਹੋ ਹੀ ਨਹੀਂ ਸਕਦਾ ਇਹ ਕੰਮ ਜਿਹੜਾ ਹੈਗਾ, ਇੱਦਾਂ ਇਹ ਤਾਂ ਜਿਹੜਾ ਹੈਗਾ ਸਾਨੂੰ ਛੱਡਣਾ ਹੀ ਪੈਣਾ। ਸੋ ਇਹ ਮੇਰਾ ਮਤਲਬ ਕਹਿੰਦਾ ਵੀ ਇਹ ਸਮੱਸਿਆ ਇੰਨੀ ਗੰਭੀਰ ਹੈਗੀ ਹੈ, ਪਹਿਲਾਂ ਤੋਂ ਤੁਰੀ ਆਉਂਦੀ ਹੈ ਜਾ ਕੇ, ਹੁਣ ਇਹਦੇ ਵਿੱਚੋਂ ਆਦਮੀ ਖੁਸ਼ੀ ਲੈਣ ਦੀ ਕੋਸ਼ਿਸ਼ ਕਰਦਾ, ਨਾ ਖੁਸ਼ੀ ਵੀ ਇਹ 'ਚ ਮਿਲਦੀ ਹੈ। ਸੋ ਵਾਰ ਵਾਰ ਆਪਾਂ ਇਹਨੂੰ ਤਾਂ ਲੈਂਦੇ ਹਾਂ ਜਾ ਕੇ ਵੀ ਇਸ ਰਾਜ ਪਰਿਵਾਰਾਂ 'ਚ ਦੇਖ ਲਓ,
ਬਾਦਸ਼ਾਹਾਂ ਦੇ ਵਿੱਚ ਦੇਖ ਲਓ ਕਿੱਦਾਂ ਵੱਢ ਵਡਾਈ ਸਾਰੇ ਹੋ ਹੀ ਜਾਂਦੇ ਇੱਕ ਦੂਜੇ ਮਰ। ਪ੍ਰਿੰਸ ਫਿਲਿਪਸ ਨੂੰ ਜਿਹੜਾ ਸੀਗੀ ਉਹਨੂੰ ਮਰਵਾਉਣ ਦੇ ਵਿੱਚ ਸਿਕੰਦਰ ਦਾ ਵੀ ਹੱਥ ਸੀਗਾ, ਕਈ ਬੰਦੇ ਇਹ ਕਹਿੰਦੇ ਜੀ ਸਿਕੰਦਰ ਦਾ, ਔਰ ਉਹਦੀ ਮਦਰ ਓਲੰਪੀਆ ਦਾ, ਉਹਦੀ ਮਾਂ ਦਾ ਨਾਂ ਓਲੰਪੀਆ ਸੀ, ਵੀ ਇਹਨਾਂ ਦੋਹਾਂ ਦੀ ਸਾਜ਼ਿਸ਼ ਦਾ ਰਿਜ਼ਲਟ ਸੀ ਵੀ ਪ੍ਰਿੰਸ ਕਿਉਂਕਿ ਪ੍ਰਿੰਸ ਫਿਲਿਪਸ ਨਾ ਸੋਰੀ ਬਾਦਸ਼ਾਹ ਫਿਲਿਪਸ ਜਿਹੜਾ ਸੀ ਉਹ ਮਕਦੂਨੀਆ ਦਾ ਸੀ, ਜਿਹੜਾ ਮਕਦੂਨੀਆ ਆ ਮਕਦੂਨੀਆ ਆਪਾਂ ਇਹ ਕਹਿ ਸਕਦੇ ਹਾਂ, ਜਾਂ ਯੋਗੋਸਲਾਵੀਆ ਟੁੱਟਾ ਤਾਂ ਉਹਦੇ ਵਿੱਚੋਂ ਜਿਹੜੇ 7 ਕੰਟਰੀ ਬਣੇ ਉਹਨਾਂ 'ਚੋਂ ਇੱਕ ਮਕਦੂਨੀਆ ਵੀ ਸੀਗਾ, ਤਾਂ ਉਹ ਮਕਦੂਨੀਆ ਮੈਸੇਡੋਨੀਅਨ ਹੁਣ ਸ਼ਾਇਦ ਕਹਿ ਦਿੰਦੇ ਆ, ਅਤੇ ਉਹ ਫਿਰ ਉਹਨੇ ਇਹ ਕਿਹਾ ਵੀ ਉਹਨੂੰ ਮਾਰਨ ਦੇ ਵਿੱਚ ਇਹਨਾਂ ਦੇ ਦੋਹਾਂ ਦਾ ਹੱਥ ਹੈ, ਇਹ ਕਿਹਾ ਜਾਂਦਾ ਹਾਊ ਫਾਰ ਇਟਸ ਕੁਰੈਕਟ, ਪਰ ਇਹ ਵੀ ਇੱਕ ਫੈਮਿਲੀ ਦਾ ਜਿਹੜਾ ਹੈਗਾ ਆ ਆਪਾਂ ਕਹਿ ਸਕਦੇ ਝਗੜਾ ਚੱਲਦਾ ਸੀ, ਉਹਦਾ ਹੀ ਰਿਜ਼ਲਟ ਸੀ ਜਿੱਥੇ ਆਪਾਂ ਫੈਮਿਲੀ ਦੀ ਗੱਲ ਕਰ ਰਹੇ ਹਾਂ ਜਾ ਕੇ। ਅੱਛਾ ਹੁਣ ਤੁਸੀਂ ਇੱਕ ਸੈਂਸ ਗੱਲ ਇਹ ਕਿਹਾ ਵੀ ਕੀ ਇਹਨੂੰ ਰੋਕਿਆ ਜਾ ਸਕਦਾ, ਜੋ ਆਪਾਂ ਆਹ ਗੱਲ ਕਰਦੇ ਹਾਂ ਕੀ ਇਹਨੂੰ ਰੋਕਿਆ ਜਾ ਸਕਦਾ? ਨਹੀਂ ਰੋਕਿਆ ਨਹੀਂ ਜਾ ਸਕਦਾ, ਫੈਮਿਲੀ ਦੇ ਜਿਹੜੇ ਝਗੜੇ ਆ ਨਾ ਜੀ ਇਹ ਇਹ ਬੰਦ ਨਹੀਂ ਹੋ ਸਕਦੇ, ਪਰ ਕੁਛ ਹੱਦ ਤੱਕ ਘਟਾਏ ਜ਼ਰੂਰ ਜਾ ਸਕਦੇ, ਘਟਾਏ ਜ਼ਰੂਰ ਜਾ ਸਕਦੇ ਆ। ਇਹ ਤਾਂ ਨਹੀਂ ਹੱਸਿਆ ਵੀ ਆਪਾਂ ਦੁਨੀਆ ਦੇ ਕੋਈ ਵੀ ਜਿਹੜੇ ਹੈਗੇ ਆ ਸਾਈਕੋਲੋਜਿਸਟ ਕਹਿ ਲਓ ਜਾਂ ਉੱਥੇ ਕੌਂਸਲਰ ਕਹਿ ਲਓ ਜਾਂ ਕੋਈ ਕਹਿ ਲਓ ਜਾਂ ਆਪਾਂ ਜੋ ਇੱਥੇ ਕਰਦੇ ਹਾਂ ਵੀ ਝਗੜੇ ਖਤਮ ਕਰਦੇ ਹਾਂ, ਖਤਮ ਤਾਂ ਹੋਣੇ ਨਹੀਂ ਹੈ ਜੀ, ਇਹ ਇੱਦਾਂ ਹੀ ਚੱਲਣੇ ਆ। ਇੱਕ ਮੈਂ ਤੁਹਾਨੂੰ ਹੋਰ, ਸਿਰਫ ਘਟਾਏ ਹੀ ਨਹੀਂ, ਮੇਰਾ ਖਿਆਲ ਆ ਵੀ ਬਹੁਤ ਘਟਾਏ ਜਾ ਸਕਦੇ, ਕਾਫੀ ਘਟਾਏ ਜਾ ਸਕਦੇ ਆ। ਇੱਕ ਤਾਂ ਥਿੰਦ ਸਾਹਿਬ ਪਹਿਲਾਂ ਆਪਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਸਾਰਿਆਂ ਨੂੰ ਵੀ ਜ਼ਿੰਦਗੀ ਬਿਲਕੁਲ ਉੱਦਾਂ ਨਹੀਂ ਚੱਲਦੀ ਜਿੱਦਾਂ ਆਪਾਂ ਚਲਾਉਣੀ ਚਾਹੁੰਦੇ ਹਾਂ ਜਾ ਕੇ, ਕਿਸੇ ਦੀ ਵੀ ਨਹੀਂ ਚੱਲਦੀ। ਕੋਈ ਦੁਨੀਆ ਦਾ ਬੰਦਾ ਜ਼ਿੰਦਗੀ ਨੂੰ ਇਹ ਨਹੀਂ ਕਹਿ ਸਕਦਾ ਵੀ ਮੈਂ ਜ਼ਿੰਦਗੀ ਮੇਰੀ ਐਨ ਉੱਦਾਂ ਹੀ ਚੱਲਦੀ ਜਿੱਦਾਂ ਮੈਂ ਚਲਾਉਣੀ ਚਾਹੁੰਦਾ, ਨਹੀਂ ਚੱਲ ਹੀ ਨਹੀਂ ਸਕਦੀ, ਪੋਸੀਬਲ ਹੀ ਹੈ ਨਹੀਂ। ਸੋ ਕੁਛ ਹੱਦ ਤੱਕ ਤਾਂ ਆਪਾਂ ਨੂੰ ਇਹ ਐਕਸੈਪਟ ਕਰਨਾ ਹੀ ਪੈਣਾ ਵੀ ਜਿੱਦਾਂ ਤੁਸੀਂ ਕਿਹਾ ਵੀ ਹੈਗਾ ਹੀ ਹੈ, ਕੁਛ ਤਾਂ ਹੈਗਾ ਹੀ ਹੈ, ਤਾਂ ਪਾਰਟ ਹੈਗਾ ਉਹਦੇ ਵਿੱਚ। ਬਾਕੀ ਇੱਕ ਇਹ ਵੀ ਗੱਲ ਨੋਟ ਕਰ ਲੈਣੀ ਚਾਹੀਦੀ ਆ, ਆਮ ਹੁਣ ਸਾਡੇ ਇਹ ਕਿਹਾ ਜਾਂਦਾ ਵੀ ਔਰਤ ਨਾਲ ਵਧੀਕੀ ਹੁੰਦੀ ਆ, ਠੀਕ ਹੈ ਨਾ, ਔਰਤ ਨਾਲ ਵਧੀਕੀ ਹੁੰਦੀ ਆ, ਮੈਂ ਵੀ ਮੰਨਦਾ ਹੁੰਦੀ ਰਹੀ ਆ, ਹੁਣ ਵੀ ਹੁੰਦੀ ਆ। ਹੁਣ ਮੈਂ ਸੁਣਦਾ, ਅੱਛਾ ਇਹ ਵੀ ਨਾਲ ਉਹਨੇ ਦੇਖਣਾ ਚਾਹੀਦਾ ਆਦਮੀ ਨਾਲ ਵੀ ਵਧੀਕੀ ਹੁੰਦੀ ਹੈ, ਇਹ ਨਹੀਂ ਹੁੰਦੀ ਵੀ ਔਰਤ ਆਦਮੀ ਨਾਲ ਵੀ ਵਧੀਕੀ ਹੁੰਦਾ, ਪਰ ਔਰਤ ਦੇ ਨਾਲ ਜਿਹੜੀ ਵਧੀਕੀ ਹੁੰਦੀ ਆ ਜਿੱਥੇ ਔਰਤ ਦੇ ਨਾਲ ਆਦਮੀ ਵਧੀਕੀ ਕਰਦਾ ਉੱਥੇ ਔਰਤ ਨਾਲ ਔਰਤ ਵੀ ਵਧੀਕੀ ਕਰਦੀ ਹੈ, ਇਸ ਗੱਲ ਨੂੰ ਜ਼ਰੂਰ ਦੇਖਣਾ ਚਾਹੀਦਾ। ਜੇ ਬਹੁਤਿਆਂ ਕੇਸਿਸ ਵਿੱਚ ਨਹੀਂ ਤਾਂ ਕਾਫੀ ਕੇਸਿਸ ਦੇ ਵਿੱਚ ਜਿਸ ਵੇਲੇ ਬੰਦਾ ਔਰਤ 'ਤੇ ਤਸ਼ੱਦਦ ਕਰਦਾ ਜਾਂ ਉਹਦੇ ਨਾਲ ਵਧੀਕੀ ਕਰਦਾ ਜ਼ਿਆਦਤੀ ਕਰਦਾ ਉਹਦੇ ਪਿੱਛੇ ਕਿਸੇ ਹੋਰ ਔਰਤ ਦਾ ਵੀ ਹੱਥ ਹੁੰਦਾ, ਚਾਹੇ ਉਹ ਸੱਸ ਹੋਵੇ, ਚਾਹੇ ਉਹ ਨੂੰਹ ਹੋਵੇ, ਚਾਹੇ ਉਹ ਭੈਣ ਹੋਵੇ, ਨਣਦ ਹੋਵੇ, ਚਾਹੇ ਪ੍ਰੇਮਿਕਾ ਹੋਵੇ, ਉਹਦੇ ਪਿੱਛੇ ਦੂਜੀ ਔਰਤ ਦਾ ਵੀ ਹੱਥ ਹੁੰਦਾ ਜਾ ਕੇ। ਸੋ ਇਸ ਕਰਕੇ ਸਾਵਧਾਨ ਹੋਣ ਦੀ ਲੋੜ ਆ ਸਾਰੇ ਜਾ ਕੇ ਵੀ ਚਾਹੇ, ਔਰ ਬੰਦਾ ਤਾਂ ਬੰਦੇ ਨਾਲ ਕਰਦਾ ਹੀ ਆ, ਬੰਦਾ ਤਾਂ ਹੁਣ ਮੇਰਾ ਖਿਆਲ ਬੰਦੇ ਨੇ ਜਿੰਨੇ ਬੰਦਿਆਂ 'ਤੇ ਵਧੀਕੀ ਕੀਤੀ ਔਰਤਾਂ 'ਤੇ ਤਾਂ ਉਨੀ ਕੀਤੀ ਨਹੀਂ ਹੋਣੀ ਜਿੰਨੀ ਬੰਦੇ ਨੇ ਬੰਦੇ ਮਾਰੇ ਆ ਜਾ ਕੇ, ਔਰਤ ਕੁਛ ਵੀ ਨਹੀਂ ਹੁੰਦੀ, ਸਾਰੇ ਇਹ ਕਰਦੇ ਹੈਗੇ ਜਾ ਕੇ। ਸੋ ਇਹ ਜਿਹੜੀ ਹੈਗੀ ਆ ਮੇਰਾ ਕਹਿਣ ਤੋਂ ਥਿੰਦ ਸਾਹਿਬ ਆ ਰਿਹਾ, ਦੇਖੋ ਆਹ ਜਿਹੜੀ ਹੈਗੀ ਆ ਇਹ ਰੀਅਲ ਲਾਈਫ ਹੈ ਜਿਹ 'ਚ ਆਪਾਂ ਰਹਿ ਰਹੇ, ਇਹ ਇਹ ਹੈਗੀ ਜ਼ਿੰਦਗੀ, ਇਹ ਇਹ ਨਹੀਂ ਹੈ ਵੀ ਇਹ ਝੂਠ ਨਹੀਂ ਹੈ, ਭੁਲੇਖਾ ਨਹੀਂ ਹੈ। ਹੁਣ ਜਿਹੜੀ ਅਗਲੀ ਜ਼ਿੰਦਗੀ ਹੋਣੀ ਆ ਆਉਣੀ ਆ ਉਹ ਆਪਾਂ ਸ਼ੋਰ ਨਹੀਂ ਹੈ, ਸਾਨੂੰ ਨਹੀਂ ਪਤਾ ਹੈ ਵੀ ਆਪਣਾ ਅਗਲਾ ਜਨਮ ਹੈਗਾ ਜਾਂ ਅਗਲਾ ਜਨਮ ਆਪਣਾ ਨਹੀਂ ਹੈ, ਪਰ ਇਹ ਸਾਨੂੰ ਪੱਕਾ ਪਤਾ ਵੀ ਆਹ ਹੈਗਾ, ਅੱਜ ਹੈਗਾ, ਅੱਜ ਆਪਣਾ ਜਨਮ ਹੈਗਾ। ਸੋ ਆਪਾਂ ਜਿਹੜਾ ਅੱਜ ਹੈਗਾ ਇਹਨੂੰ ਤਾਂ ਬਿਹਤਰ ਬਣਾਉਣ ਦਾ ਯਤਨ ਕਰ ਲਈਏ, ਇਹਨੂੰ ਅਗਲਾ ਜਨਮ ਸਫਲਾ ਕਰਨ ਦੀਆਂ ਗੱਲਾਂ ਚਲੋ ਕਰ ਲਿਓ ਜਨ ਕਰਨਾ ਹੋ, ਮੈਂ ਇਹ ਕਿਸੇ ਨੂੰ ਡਿਸਕਰੇਜ ਨਹੀਂ ਕਰਦਾ ਵੀ ਜੇ ਹੁਣ ਅਗਲਾ ਵੀ ਕਰਨਾ, ਪਰ ਅਗਲੇ ਨਾਲੋਂ ਆਹ ਜ਼ਰੂਰੀ ਆ ਕਿਉਂਕਿ ਇਹ ਪੱਕਾ ਆ, ਇਹ ਸਾਨੂੰ ਪਤਾ ਵੀ ਇਹ ਹੈਗਾ ਜਾਂ ਇਹ ਕਰਨ ਨਾਲ। ਸੋ ਇਹਨੂੰ ਜਿਹੜਾ ਹੈਗਾ ਇਹ ਕਰਨਾ ਬਹੁਤ ਜ਼ਰੂਰੀ ਆ, ਪਰ ਇਹ ਇੱਦਾਂ ਨਹੀਂ ਇੱਕ ਤਾਂ ਸਮਝਣਾ ਚਾਹੀਦਾ, ਕਈ ਬੰਦੇ ਤੁਸੀਂ ਗੱਲ ਕਰੋ ਉਹ ਕਹੂਗੇ ਜੀ ਇਹ ਤੀਵੀਆਂ ਹੁੰਦੀਆਂ ਇੱਦਾਂ ਦੀਆਂ ਆ, ਜਾਂ ਇਹ ਬੰਦੇ ਹੁੰਦੇ ਹੀ ਇੱਦਾਂ ਦੇ ਆ ਬੰਦੇ, ਇੱਦਾਂ ਨਹੀਂ ਹੈਗਾ। ਆਲ ਵੁਮੈਨ ਆਰ ਨੋਟ ਅਲਾਈਕ, ਆਲ ਮੈਨ ਆਰ ਨੋਟ ਅਲਾਈਕ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਹਰ ਵਿਅਕਤੀ ਆਪਣੇ ਆਪ ਦੇ ਵਿੱਚ ਡਿਫਰੈਂਟ ਆ, ਆਪਣੇ ਆਪ ਦੇ ਵਿੱਚ ਉਹ ਇੱਕ ਕਹਾਣੀ ਆ ਆਪਣੇ ਆਪ ਦੇ ਵਿੱਚ। ਸੋ ਉਹਨੂੰ ਉੱਦਾਂ ਲੈਣਾ ਚਾਹੀਦਾ ਜਿੱਦਾਂ ਉਹ ਜਿਹੜਾ ਹੈਗਾ ਆ ਜਾ ਕੇ। ਇੱਕ ਵਾਰ ਮਹਾਤਮਾ ਬੁੱਧ ਕੋਲ ਇੱਕ ਬੰਦੇ ਆਏ, ਉਹ ਬੰਦੇ ਆ ਕੇ ਮਹਾਤਮਾ ਬੁੱਧ ਨੂੰ ਕਹਿੰਦੇ ਜੀ ਕੋਈ ਸਿੱਖਿਆ ਦਿਓ। ਉਹ ਕਹਿੰਦੇ ਕਦੇ ਭਾਂਡੇ ਮਾਂਜੇ ਆ? ਉਹ ਕਹਿੰਦਾ ਹਾਂ ਜੀ ਬਹੁਤ ਵਾਰ ਮਾਂਜੇ ਆ। ਕਹਿੰਦੇ ਕੀ ਸਿੱਖਿਆ ਉਹ 'ਚੋਂ? ਉਹ ਕਹਿੰਦਾ ਜੀ ਉਹ 'ਚ ਸਿੱਖਣ ਵਾਲੀ ਗੱਲ ਕੀ ਸੀ ਭਾਂਡੇ ਮਾਂਜਣ ਦੇ ਵਿੱਚ? ਉਹ ਕਹਿੰਦੇ ਤੈਨੂੰ ਇਸ ਗੱਲ ਦਾ ਪਤਾ ਵੀ ਭਾਂਡਾ ਅੰਦਰੋਂ ਜ਼ਿਆਦਾ ਮਾਂਜਿਆ ਜਾਂਦਾ ਬਾਹਰ ਨਾਲੋਂ, ਜਾ ਕਹਿੰਦੇ ਇਹੀ ਸਿੱਖਿਆ। ਉਹ ਬੜੀ ਮੈਨੂੰ ਮੀਨਿੰਗਫੁਲ ਗੱਲ ਲੱਗੀ ਸੀ ਮਹਾਤਮਾ ਬੁੱਧ ਦੀ, ਜਦੋਂ ਉਹਨੇ ਉਹਨੂੰ ਇਹ ਕਹਿ ਕੇ ਤੋਰ ਦਿੱਤਾ ਅੰਦਰੋਂ ਵੀ ਜਾਂ ਜਿਹੜਾ ਭਾਂਡੇ ਆ ਅੰਦਰੋਂ ਜ਼ਿਆਦਾ
ਸਾਫ਼ ਕਰਨੇ ਪੈਂਦੇ ਆ, ਇਹੀ ਸਿੱਖਿਆ ਹੈ ਕਹਿੰਦੇ। ਉਹ ਮਤਲਬ ਉਹਨਾਂ ਦਾ ਇਹੀ ਆ ਵੀ ਭਾਂਡਿਆਂ ਦਾ ਰੈਫਰੈਂਸ ਦੇ ਕੇ ਉਹਨੇ ਇਹ ਕਹਿਤਾ ਵੀ ਬੰਦੇ ਦੇ ਬਾਹਰਲੇ ਜਿਹੜੇ ਹੈਗੇ ਆ ਆਪਣੇ ਚੰਗੇ ਕੋਟ ਕਾਟ ਪਾਉਣ ਨੂੰ ਜਾ ਕੇ ਦੂਏ ਟਾਈਆਂ ਮੇਰੇ ਵਾਂਗ ਹੁਣ ਲਾ ਕੇ, ਇਹਦੀ ਇੰਨੀ ਲੋੜ ਨਹੀਂ ਹੈਗੀ ਜਿੰਨੀ ਤੁਹਾਨੂੰ ਅੰਦਰੋਂ ਸਫਾਈ ਦੀ ਲੋੜ ਹੈਗੀ ਹੈ। ਤਾਂ ਇਹ ਇਹਦੇ ਨਾਲ ਹੀ ਮਿਲਦੀ ਜੁਲਦੀ ਗੱਲ ਤਾਂ ਹੈਗੀ, ਆਪਾਂ ਕਈ ਵਾਰ ਉਹਦਾ ਰੈਫਰੈਂਸ ਦਿੱਤਾ ਵੀ ਆ। ਉਹ ਇਹ ਵੀ ਅਲੈਗਜ਼ੈਂਡਰ ਦਾ ਹੀ ਸਮਕਾਲੀ ਹੋਇਆ, ਡਾਇਓਜੀਨਸ, ਡਾਇਓਜੀਨਸ ਵੀ ਜਿਨ ਸਿਕੰਦਰ ਨੂੰ ਕਿਹਾ ਸੀ ਵੀ ਜਾ ਤੇਰੇ ਆਪਣੀ ਭੁੱਖ ਮਿਟਾ ਲਾ ਪਹਿਲਾਂ ਜਾ ਕੇ ਫਿਰ ਦੇਖਾਂਗੇ। ਸੋ ਡਾਇਓਜੀਨਸ ਨੂੰ ਕਿਸੇ ਨੇ ਸਵਾਲ ਕੀਤਾ ਸੀ ਵੀ ਸਭ ਨਾਲੋਂ ਔਖਾ ਕੰਮ ਕਿਹੜਾ ਆ, ਤਾਂ ਉਹਨੇ ਇਹ ਕਿਹਾ ਵੀ ਸਭ ਨਾਲੋਂ ਔਖਾ ਹੈਗਾ ਆਪਣੇ ਨੁਕਸ ਦੇਖਣੇ, ਇੰਟਰੋਸਪੈਕਸ਼ਨ ਕਹਿੰਦੇ ਹਾਂ, ਇੰਟਰੋਸਪੈਕਸ਼ਨ, ਸੈਲਫ ਅਨਾਲਿਸਿਸ। ਹੁਣ ਕਿਹਾ ਸਭ ਨਾਲੋਂ ਸੌਖਾ, ਉਹ ਕਹਿੰਦਾ ਦੂਜੇ ਦੇ ਨੁਕਸ ਦੇਖਣੇ, ਸਿੱਧਾ ਹੀ ਕੰਮ ਵੀ ਉਹਨੂੰ ਸੌਖਾ ਹੈਗਾ। ਸੋ ਇਸ ਗੱਲ ਕਰਕੇ ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਸੈਲਫ ਅਨਾਲਿਸਿਸ ਹੈ ਨਾ, ਜੇ ਇਹ ਦੇਖ ਲਓ ਵੀ ਮੇਰੇ 'ਚ ਕੀ ਨੁਕਸ ਹੈ ਜੀ, ਮੇਰੇ 'ਚ ਨੁਕਸ ਜਿਹੜੇ ਹੈਗੇ, ਨੁਕਸ ਤਾਂ ਹੈਗੇ, ਇਹ ਆਪਾਂ ਡਿਨਾਈ ਕਿੱਦਾਂ ਕਰ ਸਕਦੇ ਹਾਂ ਚਾਹੇ ਜਿਹੜੇ ਹੈਗੇ ਆ, ਪਰ ਸਾਡੇ ਲਈ ਸਾਡੀ ਇੱਕ ਨੇਚਰ ਇਨਸਾਨ ਦੀ ਬਹੁਤ, ਉਹ ਬਲੇਮ ਬਹੁਤ ਕਰਦਾ ਜੀ, ਉਹ ਆਪਣੀ ਜਿਹੜੀ ਕੋਈ ਵੀ ਗਲਤੀ ਹੁੰਦੀ ਉਹ ਬਲੇਮ ਉਹਦੇ ਲਈ ਕੱਢਦਾ ਹੈ ਕੋਈ ਹੋਰ ਬੰਦੇ, ਵੀ ਇਹਦੇ ਕਰਕੇ ਹੋਈ ਹੈ, ਇਹਦੇ ਕਰਕੇ ਹੋਈ ਹੈ ਜਾ ਕੇ। ਕੱਲ੍ਹ ਨੂੰ ਫਿਰ ਆਪਾਂ ਇਹ ਤੁਸੀਂ ਦੱਸਿਓ ਸਾਨੂੰ ਵੀ ਇਹਦੇ ਰੀਜ਼ਨਸ ਕੀ ਨੇ, ਕੋਸ਼ਿਸ਼ ਕਰਾਂਗੇ ਕੱਲ੍ਹ ਦੇਖਣ ਦੀ ਜਾ ਕੇ ਵੀ ਇਹਨੂੰ ਕਿੱਦਾਂ ਘਟਾਇਆ ਜਾ ਸਕਦਾ, ਕਿੱਦਾਂ ਘਟਾਇਆ ਜਾ ਕੇ ਇਹਦੇ ਕਾਰਨ ਕੀ ਆ, ਔਰ ਜੇ ਉਹਨਾਂ ਕਾਰਨਾਂ ਨੂੰ ਥੋੜ੍ਹਾ ਜਿਹਾ ਅਵੋਇਡ ਕਰ ਲਈਏ, ਜੇ ਸਮੱਸਿਆ ਕਾਫੀ ਕਾਬੂ 'ਚ ਆ ਸਕਦੀ, ਸਮੱਸਿਆ ਕਾਫੀ ਕਾਬੂ ਦੇ ਵਿੱਚ ਆ ਸਕਦੀ ਹੈ। ਸ਼ੁਰੂ ਤਾਂ ਆਪਾਂ ਕਰ ਸਕਦੇ ਹਾਂ ਜੀ, ਪਰ ਹੁਣ ਅੱਜ ਜਿਹੜਾ ਹੈ ਟਾਈਮ ਵੀ ਥੋੜ੍ਹਾ ਸਹੀ ਅਤੇ ਕੱਲ੍ਹ ਨੂੰ ਕਰ ਲਾਂਗੇ ਜੀ। ਫਿਰ ਸਰ ਬੜੀ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਰੈਡ ਐਫ ਐਮ।